ਹਾਂ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਸ਼ੈਫ ਗੁਰਪ੍ਰੀਤ ਸਰਾਂ। ਸਰਦੀਆਂ ਦੇ ਵਿੱਚ ਆਪਣਾ ਬਹੁਤ ਹੀ ਮਨ ਕਰਦਾ ਵੀ ਆਪਾਂ ਕੋਈ ਗਰਮ ਚੀਜ਼ ਬਣਾ ਕੇ ਪੀਏ। ਜਦੋਂ ਵੀ ਤੁਹਾਡਾ ਮਨ ਕਰੇ ਤਾਂ ਚਣਾ ਸੂਪ ਹੈ ਜਿਹੜਾ ਤੁਸੀਂ ਜ਼ਰੂਰ ਬਣਾ ਕੇ ਪੀਓ। ਚਣਾ ਸੂਪ ਹੈ ਜਿਹੜਾ ਆਪਣੀ ਸਿਹਤ ਦੇ ਲਈ ਵੀ ਤਾਕਤਵਰ ਹੁੰਦਾ ਅਤੇ ਟੇਸਟੀ ਵੀ ਹੈ ਜਿਹੜਾ ਬਹੁਤ ਬਣਦਾ ਅਤੇ ਬਣਾਉਣਾ ਵੀ ਬਹੁਤ ਹੀ ਜ਼ਿਆਦਾ ਸੌਖਾ। ਅਤੇ ਆਓ ਆਪਾਂ ਕਰੀਏ ਫਿਰ ਰੈਸਪੀ ਨੂੰ ਸ਼ੁਰੂ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਪਲੀਜ਼ ਮੇਰੀ ਅੱਜ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਕਿ ਜਦੋਂ ਵੀ ਤੁਸੀਂ ਮੇਰੀ ਇਸ ਰੈਸਪੀ ਨੂੰ ਵੇਖੋ ਤਾਂ ਐਂਡ ਤੱਕ ਜ਼ਰੂਰ ਵੇਖਣਾ। ਵੀਡੀਓ ਨੂੰ ਆ ਜਿਹੜਾ ਤੁਸੀਂ ਵਿੱਚ ਵਿਚਾਲੇ ਨਹੀਂ ਛੱਡਣਾ ਹੈਗਾ, ਨਹੀਂ ਤਾਂ ਵੀਡੀਓ ਦੀ ਆ ਜਿਹੜੀ ਰੀਚ ਖਰਾਬ ਹੋ ਜਾਂਦੀ ਹੈ ਅਤੇ ਵੀਡੀਓ ਸ਼ੂਟ ਕਰਨ 'ਤੇ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਅਤੇ ਤੁਹਾਡੇ ਪਿਆਰ ਸਦਕੇ ਆ ਜਿਹੜਾ ਆਪਣਾ ਚੈਨਲ ਆ ਉਹ ਅੱਗੇ ਵਧਣਾ। ਇਸ ਗੱਲ 'ਤੇ ਪਲੀਜ਼ ਤੁਸੀਂ ਗੌਰ ਕਰਨਾ। ਚਣਾ ਸੂਪ ਬਣਾਉਣ ਦੇ ਲਈ 1.5 ਕੱਪ ਲਏ ਆ ਚਣੇ। ਚਣਿਆਂ ਨੂੰ ਤੁਸੀਂ 12 ਤੋਂ 15 ਘੰਟਿਆਂ ਦੇ ਲਈ ਇਸ ਤਰ੍ਹਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਣਾ। ਚਣੇ ਆ ਜਿਹੜੇ ਆਪਣੇ ਚੰਗੀ ਤਰ੍ਹਾਂ ਫੁੱਲ ਜਾਣ। ਇਸ ਤੋਂ ਇਲਾਵਾ ਆਪਾਂ ਲਈਆਂ 7 ਤੋਂ 8 ਕਲੀਆਂ ਲਸਣ ਦੀਆਂ, 2 ਲੈਮਨ, 2 ਟਮਾਟਰ, 2 ਛੋਟੇ ਪਿਆਜ਼, 1 ਇੰਚ ਅਦਰਕ ਦਾ ਟੁਕੜਾ, ਫਰੈਸ਼ ਧਨੀਆ ਅਤੇ ਹਰੀ ਮਿਰਚ। ਕਾਲੇ ਚਣਿਆਂ ਨੂੰ ਪਾਵਾਂਗੇ ਹੁਣ ਆਪਾਂ ਕੁੱਕਰ ਦੇ ਵਿੱਚ। ਜਿਹੜੇ ਪਾਣੀ ਦੇ ਵਿੱਚ ਆਪਾਂ ਕਾਲੇ ਚਣਿਆਂ ਨੂੰ ਭਿਉਂ ਕੇ ਰੱਖਿਆ ਸੀ ਉਹ ਪਾਣੀ ਨੂੰ ਕਰ ਦੇਣਾ ਆਪਾਂ ਅਲੱਗ। ਜਿਸ ਕੱਪ ਨਾਲ ਆਪਾਂ ਚਣੇ ਬਣੇ ਸੀ ਉਸੇ ਕੱਪ ਨਾਲ ਆਪਾਂ 4 ਕੱਪ ਪਾਣੀ ਦੇ ਪਾਵਾਂਗੇ। ਪਾਣੀ ਦਾ ਜਿਹੜਾ ਨਾਪ ਤੋਲ ਆ ਤੁਹਾਡਾ ਬਿਲਕੁਲ ਸਹੀ ਹੋਣਾ ਚਾਹੀਦਾ, ਫਿਰ ਆ ਜਿਹੜਾ ਤੁਹਾਡਾ ਸੂਪ ਆ ਬਿਲਕੁਲ ਬਾਜ਼ਾਰ ਵਰਗਾ ਬਣੂਗਾ। 4 ਕੱਪ ਪਾਣੀ ਦੇ ਆਪਣੇ ਪੈ ਚੁੱਕੇ ਅਤੇ 1/2 ਚਮਚ ਪਾ ਲਾਂਗੇ ਆਪਾਂ ਨਮਕ ਦਾ। ਲਓ ਜੀ ਗੈਸ ਨੂੰ ਕਰ ਦਿੰਦੇ ਹੁਣ ਆਪਾਂ ਆਉਣ ਅਤੇ 5 ਸੀਟੀਆਂ ਹੁਣ ਤੱਕ ਕਰਦੇ ਹਾਂ ਆਪਾਂ ਇੰਤਜ਼ਾਰ। ਲਓ ਜੀ ਚਣਿਆਂ ਨੂੰ ਆਪਾਂ ਰੱਖਤਾ 5 ਸੀਟੀਆਂ ਆਉਣ ਦੇ ਲਈ, ਤਾਂ ਉਨੀ ਦੇਰ ਆਪਾਂ ਲਸਣ ਅਤੇ ਅਦਰਕ ਨੂੰ ਕੁੱਟ ਲਾਂਗੇ। 1 ਇੰਚ ਅਦਰਕ ਦਾ ਟੁਕੜਾ ਲਿਆ ਆਪਾਂ ਤਾਂ ਇਹਨਾਂ ਨੂੰ ਜਿਹੜਾ ਹੁਣ ਆਪਾਂ ਕੁੱਟ ਲਾਂਗੇ। ਲਸਣ ਅਤੇ ਅਦਰਕ ਆ ਜਿਹੜੀ ਤੁਸੀਂ ਕੁੱਟ ਕੇ ਹੀ ਪਾਉਣੀ ਆ। ਲਓ ਜੀ ਲਸਣ ਅਤੇ ਅਦਰਕ ਆ ਜਿਹੜਾ ਆਪਾਂ ਕੁੱਟ ਲਿਆ। 2 ਟਮਾਟਰ ਪਾ ਲਾਂਗੇ ਆਪਾਂ। ਪਿਆਜ਼ ਅਤੇ ਟਮਾਟਰ ਆ ਜਿਹੜੇ ਤੁਸੀਂ ਇਕੱਠੇ ਗ੍ਰੈਂਡ ਕਰ ਲੈਣੇ ਆ। 2 ਲਏ ਸੀ ਆਪਾਂ ਪਿਆਜ਼, ਪਿਆਜ਼ ਦੇ ਵਿੱਚੋਂ 1/2 ਪਿਆਜ਼ ਆ ਜਿਹੜਾ ਤੁਸੀਂ ਰੱਖ ਲੈਣਾ ਗਾਰਨਿਸ਼ ਦੇ ਲਈ। 1 ਪਾਵਾਂਗੇ ਹਰੀ ਮਿਰਚ, ਫਰੈਸ਼ ਧਨੀਏ ਦੇ ਡੰਡਲ ਪਾ ਲਾਂਗੇ ਆਪਾਂ ਥੋੜ੍ਹੇ ਜਿਹੇ। ਟਮਾਟਰ ਪਿਆਜ਼ ਅਤੇ ਹਰੀ ਮਿਰਚ ਦੀ ਆ ਜਿਹੜੀ ਤੁਸੀਂ ਇਕੱਠੇ ਹੀ ਪਿਓਰੀ ਬਣਾ ਲੈਣੀ ਆ। ਲਓ ਜੀ ਟਮਾਟਰ ਅਤੇ ਪਿਆਜ਼ ਅਤੇ ਹਰੀ ਮਿਰਚ ਦੀ ਜਿਹੜੀ ਆਪਣੀ ਪਿਓਰੀ ਬਣ ਚੁੱਕੀ ਆ। ਫਰੈਸ਼ ਧਨੀਆ ਜਿਹੜਾ ਆਪਾਂ ਉਹਨੂੰ ਕੱਟ ਕਰ ਲਾਂਗੇ, ਬਿਲਕੁਲ ਬਰੀਕ ਕੱਟ ਕਰਨਾ ਜਿਹੜਾ ਤੁਸੀਂ ਧਨੀਆ। ਲੈਮਨ ਕੱਟ ਕਰ ਲਾਂਗੇ ਅਤੇ ਪਿਆਜ਼ ਨੂੰ ਜਿਹੜਾ ਚੌਪ ਕਟਿੰਗ ਕਰਾਂਗੇ। ਲਓ ਜੀ ਪਿਆਜ਼ ਵੀ ਜਿਹੜਾ ਆਪਣਾ ਕਟਿੰਗ ਹੋ ਚੁੱਕਿਆ। ਲਓ ਜੀ 5 ਸੀਟੀਆਂ ਜਿਹੜੀਆਂ ਆਪਣੀਆਂ ਵੱਜ ਚੁੱਕੀਆਂ ਅਤੇ ਹੁਣ ਕਰਦੇ ਹਾਂ ਪਰ ਚੈੱਕ। ਲਓ ਜੀ ਛੋਲੇ ਆ ਜਿਹੜੇ ਆਪਣੇ ਗਲ ਚੁੱਕੇ ਆ ਤਾਂ ਇਸ ਤਰ੍ਹਾਂ ਜਿਹੜੇ ਛੋਲੇ ਆਪਣੇ ਨਰਮ ਹੋਣੇ ਚਾਹੀਦੇ ਆ। ਅੱਧੇ ਛੋਲੇ ਆ ਜਿਹੜੇ ਆਪਾਂ ਇਹਨਾਂ ਦੇ ਵਿੱਚੋਂ ਕੱਢ ਲਾਂਗੇ। ਕੱਢੇ ਹੋਏ ਛੋਲੇ ਆ ਜਿਹੜੇ ਆਪਣੇ ਸਬਜ਼ੀ ਬਣਾਉਣ ਦੇ ਕੰਮ ਆ ਜਾਣਗੇ। ਬਾਕੀ ਛੋਲਿਆਂ ਨੂੰ ਕਰ ਲਾਂਗੇ ਆਪਾਂ ਮੈਸ਼।
ਲਓ ਜੀ ਕਰੋ ਚੈੱਕ, ਛੋਲੇ ਜਿਹੜੇ ਆਪਣੇ ਮੈਸ਼ ਹੋ ਚੁੱਕੇ ਆ। ਮੈਸ਼ ਕੀਤੇ ਹੋਏ ਛੋਲਿਆਂ ਦਾ ਪਾਣੀ ਆ ਜਿਹੜਾ ਆਪਾਂ ਅਲੱਗ ਕਰ ਲਾਂਗੇ। ਚੁੱਲ੍ਹੇ 'ਤੇ ਰੱਖਾਂਗੇ ਹੁਣ ਆਪਾਂ ਕੜਾਹੀ। 2 ਟੀਸਪੂਨ ਪਾਵਾਂਗੇ ਆਪਾਂ ਸਰ੍ਹੋਂ ਦਾ ਤੇਲ, ਘਿਓ ਦੇ ਵਿੱਚ ਵੀ ਬਣਾ ਸਕਦੇ ਹੋ ਤੁਸੀਂ ਜਾਂ ਫਿਰ ਰਿਫਾਇੰਡ ਤੇਲ ਪਾ ਲੈਣਾ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿਸੇ 'ਚ ਵੀ ਬਣਾ ਸਕਦੇ ਹੋ। ਤੇਲ ਨੂੰ ਹੋਣ ਦਿੰਦੇ ਆਪਾਂ ਚੰਗੀ ਤਰ੍ਹਾਂ ਗਰਮ। ਤੇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ ਅਤੇ ਅੱਧਾ ਚਮਚ ਪਾ ਲਾਂਗੇ ਆਪਾਂ ਜੀਰੇ ਦਾ। ਜੀਰੇ ਨੂੰ ਜਿਹੜਾ ਆਪਾਂ ਥੋੜ੍ਹਾ ਜਿਹਾ ਭੁੰਨ ਲਾਂਗੇ। ਹੁਣ ਪਾਵਾਂਗੇ ਆਪਾਂ ਲਸਣ ਅਦਰਕ ਦੀ ਪੇਸਟ ਜਿਹੜੀ ਆਪਾਂ ਕੁੱਟ ਕੇ ਬਣਾਈ ਸੀ। ਲਸਣ ਅਦਰਕ ਨੂੰ ਆਪਾਂ ਸੁਨਹਿਰੀ ਹੋਣ ਤੱਕ ਭੁੰਨਾਂਗੇ। ਲਸਣ ਅਦਰਕ ਦੀ ਪੇਸਟ ਹੈ ਜਿਹੜੀ ਆਪਣੀ ਸੁਨਹਿਰੀ ਹੋ ਚੁੱਕੀ ਆ। ਟਮਾਟਰ ਪਿਆਜ਼ ਅਤੇ ਹਰੀ ਮਿਰਚ ਦੀ ਜਿਹੜੀ ਆਪਾਂ ਪਿਓਰੀ ਬਣਾ ਕੇ ਰੱਖੀ ਹੋਈ ਆ, ਟਮਾਟਰ ਪਿਆਜ਼ ਦੀ ਜਿਹੜੀ ਆਪਾਂ ਪਿਓਰੀ ਪਾਈ ਹੈ ਇਹਨੂੰ ਆਪਾਂ 2-3 ਮਿੰਟ ਦੇ ਲਈ ਭੁੰਨਾਂਗੇ। ਜਿੰਨੀ ਦੇਰ ਇਹਦਾ ਕਲਰ ਸੁਨਹਿਰੀ ਜਿਹਾ ਨਹੀਂ ਹੁੰਦਾ ਉਨੀ ਦੇਰ ਤੱਕ ਆਪਾਂ ਇਹਨੂੰ ਹਿਲਾਉਂਦੇ ਹੋਏ ਭੁੰਨਣਾ। ਸਰਦੀਆਂ ਦੇ ਵਿੱਚ ਜਦੋਂ ਵੀ ਤੁਹਾਡਾ ਕੋਈ ਗਰਮ ਚੀਜ਼ ਪੀਣ ਨੂੰ ਜੀ ਕਰੇ ਤਾਂ ਚਣਿਆਂ ਦਾ ਸੂਪ ਆ ਜਿਹੜਾ ਤੁਸੀਂ ਜ਼ਰੂਰ ਬਣਾਇਆ ਜੇ। ਆਪਣੀ ਸਿਹਤ ਦੇ ਲਈ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਚਣਿਆਂ ਦਾ ਸੂਪ ਅਤੇ ਬਹੁਤ ਹੀ ਜ਼ਿਆਦਾ ਜਿਹੜਾ ਸਵਾਦ ਵੀ ਬਣੂੰਗਾ ਅਤੇ ਬਿਲਕੁਲ ਬਾਜ਼ਾਰ ਵਰਗਾ ਬਣੂੰਗਾ ਜਿੱਦਾਂ ਦਾ ਬਾਜ਼ਾਰ ਤੋਂ ਮਿਲਦਾ ਆਪਾਂ ਨੂੰ, ਉਦੋਂ ਜ਼ਿਆਦਾ ਜਿਹੜਾ ਵਧੀਆ ਹੀ ਬਣੂੰਗਾ। ਕਿਉਂਕਿ ਜਿਹੜੀ ਚੀਜ਼ ਆਪਾਂ ਘਰ ਦੇ ਵਿੱਚ ਬਣਾਉਂਦੇ ਹਾਂ ਉਹ ਆਪਾਂ ਬਹੁਤ ਹੀ ਸਫਾਈ ਦੇ ਨਾਲ ਬਣਾਉਂਦੇ ਹਾਂ ਅਤੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ। ਬਾਜ਼ਾਰ ਦੇ ਵਿੱਚ ਆਪਾਂ ਨੂੰ ਪਤਾ ਹੀ ਅੱਜ ਕੱਲ੍ਹ ਕੀ ਕੁਛ ਮਿਲਦਾ ਅਤੇ ਬਾਜ਼ਾਰ ਤੋਂ ਤੁਸੀਂ ਪਰਹੇਜ਼ ਕਰੋ ਅਤੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਾ ਕੇ ਤੁਸੀਂ ਖਾ ਸਕਦੇ ਹੋ। ਤਾਂ ਲਓ ਜੀ ਟਮਾਟਰ ਅਤੇ ਪਿਆਜ਼ ਦੀ ਜਿਹੜੀ ਆਪਣੀ ਪਿਓਰੀ ਆ ਆਹ ਵੀ ਆਪਣੀ ਜਿਹੜੀ ਸੁਨਹਿਰੀ ਹੋ ਚੁੱਕੀ ਆ। ਤਾਂ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਮਸਾਲੇ। ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ, ਲਾਲ ਮਿਰਚ ਪਾਊਡਰ 1/2 ਚਮਚ, ਹਲਦੀ ਪਾਊਡਰ 1/2 ਚਮਚ, ਕਾਲਾ ਨਮਕ ਪਾਇਆ ਜੇ ਤੁਸੀਂ, ਦੂਜਾ ਨਮਕ ਨਾ ਪਾਇਆ ਜੇ। ਅਤੇ ਨਮਕ ਆ ਜਿਹੜਾ ਸਵਾਦ ਅਨੁਸਾਰ ਪਾਉਣਾ ਆਪਾਂ। 1/2 ਚਮਚ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ, ਕਾਲੀ ਮਿਰਚ ਪਾਊਡਰ ਦੇ ਨਾਲ ਜਿਹੜਾ ਫਲੇਵਰ ਹੈ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਊਗਾ। ਮਸਾਲਿਆਂ ਨੂੰ ਆਪਾਂ 2-3 ਮਿੰਟ ਦੇ ਲਈ ਭੁੰਨਣਾ। ਲਓ ਜੀ ਮਸਾਲੇ ਜਿਹੜੇ ਆਪਾਂ ਭੁੰਨ ਲਏ ਆ ਅਤੇ ਹੁਣ ਪਾ ਲਾਂਗੇ ਆਪਾਂ ਛੋਲਿਆਂ ਦਾ ਸ਼ੋਰਬਾ। ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਇਹਨੂੰ। ਲਓ ਜੀ ਉਬਾਲਾ ਆਉਣ ਦਿੰਦੇ ਹਾਂ ਇਹਨੂੰ ਆਪਾਂ। ਲਓ ਜੀ ਉਬਾਲਾ ਆਉਣਾ ਸ਼ੁਰੂ ਹੋ ਗਿਆ। 1 ਚਮਚ ਲਿਆ ਪਾਰਾ ਰੋਟ, ਥੋੜ੍ਹਾ ਜਿਹਾ ਪਾਣੀ ਪਾ ਕੇ ਆਪਾਂ ਇਹਦਾ ਘੋਲ ਬਣਾ ਲਾਂਗੇ। 2 ਕੜਛੀਆਂ ਪਾਲਾਂਗੇ ਆਪਾਂ ਮੈਸ਼ ਕੀਤੇ ਹੋਏ ਛੋਲੇ। ਹੁਣ ਪਾਲਾਂਗੇ ਆਪਾਂ ਜਿਹੜਾ ਆਰਾ ਰੋਟ ਦਾ ਘੋਲ ਬਣਾ ਕੇ ਰੱਖਿਆ ਹੋਇਆ। ਥੋੜ੍ਹਾ ਥੋੜ੍ਹਾ ਕਰਕੇ ਪਾਉਣਾ ਤੁਸੀਂ, ਯਕਦਮ ਨਹੀਂ ਪਾਉਣਾ ਤੁਸੀਂ ਇਹਨੂੰ। ਆਰਾ ਰੋਟ ਦਾ ਘੋਲ ਪਾਉਣ ਦੇ ਨਾਲ ਜਿਹੜਾ ਆਪਣਾ ਸੂਪ ਆ ਉਹ ਥਿੱਕ ਹੋ ਜਾਊਗਾ, ਜਾਣੀ ਕਿ ਗਾੜਾ ਹੋ ਜਾਊਗਾ
ਤੁਹਾਡੀ ਮਰਜ਼ੀ ਹੈ, ਜੇਕਰ ਤੁਸੀਂ ਅਰਾਰੋਟ ਦਾ ਘੋਲ ਪਾਉਣਾ ਤਾਂ ਪਾ ਵੀ ਸਕਦੇ ਹੋ, ਨਹੀਂ ਤਾਂ ਤੁਸੀਂ ਇਹਨੂੰ ਪਕਾ ਕੇ ਵੀ ਗਾੜਾ ਕਰ ਸਕਦੇ ਹੋ। ਤਾਂ ਲਓ ਜੀ, ਆਪਣਾ 2 ਚਮਚ ਪਾਉਣ ਦੇ ਨਾਲ ਜਿਹੜਾ ਸੂਪ ਆ ਉਹ ਬਹੁਤ ਹੀ ਜ਼ਿਆਦਾ ਗਾੜਾ ਹੋ ਚੁੱਕਿਆ। ਤਾਂ 1 ਤੋਂ 1.5 ਮਿੰਟ ਦੇ ਲਈ ਆਪਾਂ ਇਹਨੂੰ ਹੋਰ ਪਕਾਵਾਂਗੇ। 2 ਤੋਂ 3 ਮਿੰਟ ਹੋ ਚੁੱਕੇ ਆਪਾਂ ਨੂੰ ਸੂਪ ਪੱਕਦੇ ਹੋਏ ਆ, ਤਾਂ ਹੁਣ ਨਮਕ ਚੈੱਕ ਕਰ ਲਾਂਗੇ ਆਪਾਂ। ਨਮਕ ਆ ਜਿਹੜਾ ਆਪਣਾ ਬਿਲਕੁਲ ਓਕੇ ਆ, ਚੁੱਲ੍ਹੇ ਨੂੰ ਕਰ ਲਾਂਗੇ ਹੁਣ ਆਪਾਂ ਬੰਦ। 1 ਨਿੰਬੂ ਦਾ ਜਿਹੜਾ ਆਪਾਂ ਰਸ ਨਿਚੋੜ ਦਾਂਗੇ। ਨਿੰਬੂ ਦੇ ਰਸ ਨੂੰ ਜਿਹੜਾ ਆਪਾਂ ਮਿਕਸ ਕਰ ਲਾਂਗੇ ਸਾਰੇ ਸੂਪ 'ਚ। ਤਾਂ ਲਓ ਜੀ, ਸੂਪ ਨੂੰ ਲਾਹ ਲੈਂਦੇ ਹੁਣ ਆਪਾਂ ਥੱਲੇ। ਸੂਪ ਆ ਜਿਹੜਾ ਆਪਣਾ ਬਣ ਚੁੱਕਿਆ। ਸੂਪ ਨੂੰ ਕਰਦੇ ਹੁਣ ਆਪਾਂ ਸਰਵ। ਸੂਪ ਵੇਖੋ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ। ਬਰੀਕ ਕੱਟੇ ਹੋਏ ਪਿਆਜ਼ ਅਤੇ ਰਸਾਂ ਨੂੰ ਤੁਸੀਂ ਇਸ ਤਰ੍ਹਾਂ ਕੱਟ ਲੈਣਾ। ਥੋੜ੍ਹੇ ਜਿਹੇ ਲਏ ਆਪਾਂ ਛੋਲੇ ਅਤੇ ਫਰੈਸ਼ ਧਨੀਆ। ਤਾਂ ਥੋੜ੍ਹੇ ਥੋੜ੍ਹੇ ਪਾਵਾਂਗੇ ਆਪਾਂ ਛੋਲੇ ਇਹਨਾਂ ਦੇ ਵਿੱਚ, ਅਤੇ ਬਰੀਕ ਕੱਟਿਆ ਹੋਇਆ ਪਿਆਜ਼ ਪਾ ਲਾਂਗੇ ਥੋੜ੍ਹਾ ਜਿਹਾ। ਥੋੜ੍ਹਾ ਜਿਹਾ ਪਾਵਾਂਗੇ ਫਰੈਸ਼ ਧਨੀਆ। ਲਓ ਜੀ, ਕਰੋ ਚੈੱਕ, ਚਣਾ ਸੂਪ ਹੈ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਆ। ਅਤੇ ਤੁਸੀਂ ਮੇਰੀ ਇਸ ਰੈਸਪੀ ਨੂੰ ਦੇਖ ਕੇ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ। ਜਿਵੇਂ ਦਾ ਤੁਸੀਂ ਬਾਜ਼ਾਰ ਤੋਂ ਲੈ ਕੇ ਆਉਂਦੇ ਹੋ ਸੇਮ ਉੱਦਾਂ ਦਾ ਜਿਹੜਾ ਤੁਹਾਡਾ ਚਣਾ ਸੂਪ ਤਿਆਰ ਹੋਵੇਗਾ। ਅਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਚਣਾ ਸੂਪ ਦੀ ਰੈਸਪੀ ਹੈ ਜਿਹੜੀ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਜੀ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ। ਵੀਡੀਓ ਵੇਖਣ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।